ਸਿੱਧਾ ਰੁਖ ਕਰਦੇ ਹਾਂ, ਕਿਸਾਨ ਮੀਟਿੰਗ ਤੋਂ ਬਾਅਦ ਕੁਛ ਬਿਆਨ ਆ ਰਹੇ ਨੇ। ਅੰਦੋਲਨ ਜਿਹੜਾ ਚੱਲ ਰਿਹਾ ਧੂਰੀ ਵਾਲੀ ਮਿੱਲ ਦਾ ਸਾਹਿਬ ਮੁੱਕਰ ਗਏ, ਮੁੱਖ ਮੰਤਰੀ ਦੇ ਹਲਕੇ ਦੀ ਆ। ਪਹਿਲੀ ਵਾਰ ਕਿਹਾ ਸੀ ਵੀ ਧੂਰੀ ਮਿੱਲ ਚਲਾਵਾਂਗੇ, ਉਹਨਾਂ ਵਾਅਦਾ ਵੀ ਕੀਤਾ ਸੀ, ਹੁਣ ਕਹਿੰਦੇ ਵੀ ਉਹ ਮਿੱਲਰ ਜਵਾਬ ਦੇ ਗਿਆ ਮਿੱਲ ਨਹੀਂ ਚੱਲੂਗੀ। ਕਿਸਾਨ ਆਗੂਆਂ ਦਾ ਕਹਿਣਾ ਵੀ ਅਸੀਂ ਮਿੱਲ ਦੀ ਪ੍ਰਾਪਰਟੀ ਨਹੀਂ ਵਿਕਣ ਦਾਂਗੇ, ਹੁਣ ਦਿਓ ਟਕਰਾਅ ਆ, ਹੁਣ ਦੇਖਦੇ ਕੀ ਬਣਦਾ ਹੈ। 15 ਤਰੀਕ ਦਾ ਭਰੋਸਾ ਦਿੱਤਾ ਨਹੀਂ, ਭਰੋਸਾ ਹੈਗਾ ਵੀ ਸ਼ਹੀਦਾਂ ਦੀ ਪੋਲਿਸੀ ਬਣਾਵਾਂਗੇ, ਠੀਕ ਆ। ਭਰੋਸਾ ਇਹ ਹੈਗਾ ਵੀ ਸ਼ਹੀਦ ਪਰਿਵਾਰ ਨੂੰ ਨੌਕਰੀਆਂ ਦੇ ਦਾਂਗੇ, ਭਰੋਸਾ ਇਹ ਹੈਗਾ ਵੀ ਜਿਹੜੇ ਇਸ਼ੂ ਨੇ ਗੰਨੇ ਨਾਲ ਸੰਬੰਧਿਤ ਉਹ ਹੱਲ ਕਰਾਂਗੇ। ਕੁਛ ਚੀਜ਼ਾਂ 'ਤੇ ਭਰੋਸਾ ਵਾ, ਮੈਂ ਕਹਿੰਦਾ ਜੋ ਨੀਅਤ ਅਤੇ ਨੀਤੀ ਉਹ ਸਾਨੂੰ ਸਪਸ਼ਟ ਆ, ਪਰ ਅਸਲ ਵਿੱਚ ਇਹ 15 ਤਰੀਕ ਤੋਂ ਬਾਅਦ ਸਪਸ਼ਟ ਹੋ ਜੂ ਵੀ ਸਿੱਟਾ ਕੇ ਬੇਸਿੱਟਾ। ਰਣਨੀਤੀ ਕੀ ਰਹੂਗੀ ਅੱਗੇ ਦੀ? ਅੰਦੋਲਨ ਦਿੱਲੀ ਨਾਲ ਚੱਲ ਰਿਹਾ, ਅੰਦੋਲਨ ਜਾਰੀ ਰਹੂਗਾ, ਔਰ ਜੇ ਮਸਲੇ ਪੰਜਾਬ ਵਿੱਚ ਖੜੇ ਤਾਂ ਅੰਦੋਲਨ ਪੰਜਾਬ 'ਚ ਵੀ ਕਰਾਂਗੇ। ਤੇ ਬਿਲਕੁਲ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਸੀ, ਪੰਧੇਰ ਜਾਣਕਾਰੀ ਦੇ ਰਹੇ ਸੀ। ਬੈਠਕ 'ਚੋਂ ਕੀ ਕੁਝ ਨਿਕਲਿਆ ਇਸ ਦੀ ਜਾਣਕਾਰੀ ਜਲਦ ਮਨੋਜ ਕੁਮਾਰ ਜੋਸ਼ੀ ਦੇਣਗੇ, ਗਰਾਊਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਨੇ। ਇੱਕ ਵਾਰ ਮੁੜ ਤੋਂ ਦੱਸ ਦਈਏ ਕਿ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖਤਮ ਹੋਈ ਹੈ। ਚੰਡੀਗੜ੍ਹ ਸਥਿਤ ਪੰਜਾਬ ਭਵਨ 'ਚ ਬੈਠਕ ਸੀ, ਪੈਂਡਿੰਗ ਮੰਗਾਂ ਨੂੰ ਲੈ ਕੇ ਸਪੈਸ਼ਲ ਚੀਫ ਸਕੱਤਰ ਦੇ ਨਾਲ ਮੀਟਿੰਗ ਸੀ। ਸਰਵਣ ਸਿੰਘ ਪੰਧੇਰ ਸਮੇਤ 11 ਮੈਂਬਰੀ ਵਫਦ ਵੱਲੋਂ ਗੱਲਬਾਤ ਕੀਤੀ ਗਈ ਹੈ। ਜਸਵਿੰਦਰ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਫੂਲ ਮੀਟਿੰਗ 'ਚ ਹਾਜ਼ਰ ਸਨ। ਤਾਂ ਬੈਠਕ 'ਚ ਕਈ ਚੀਜ਼ਾਂ ਜਿਹੜੀਆਂ ਵਿਚਾਰੀਆਂ ਗਈਆਂ, MSP, ਪੰਜਾਬ ਦੇ ਪਾਣੀ ਦੇ ਮੁੱਦੇ ਇਸ ਬੈਠਕ 'ਚ ਕਾਫੀ ਚਰਚਿਤ ਰਹੇ। ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਖਤਮ ਹੋਈ ਹੈ, ਚੰਡੀਗੜ੍ਹ ਸਥਿਤ ਪੰਜਾਬ ਭਵਨ 'ਚ ਬੈਠਕ ਹੋਈ ਹੈ, ਪੈਂਡਿੰਗ ਮੰਗਾਂ ਨੂੰ ਲੈ ਕੇ ਸਪੈਸ਼ਲ ਚੀਫ ਸਕੱਤਰ ਦੇ ਨਾਲ ਮੀਟਿੰਗ ਸੀ। ਸਰਵਣ ਸਿੰਘ ਪੰਧੇਰ ਸਮੇਤ 11 ਮੈਂਬਰੀ ਵਫਦ ਵੱਲੋਂ ਗੱਲਬਾਤ ਕੀਤੀ ਗਈ ਹੈ। ਜਸਵਿੰਦਰ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਫੂਲ, ਸਰਵਣ ਸਿੰਘ ਪੰਧੇਰ ਇਸ ਪੂਰੇ ਮੀਟਿੰਗ 'ਚ ਹਾਜ਼ਰ ਸਨ। ਮਨੋਜ ਕੁਮਾਰ ਜੋਸ਼ੀ ਜ਼ਿਆਦਾ ਜਾਣਕਾਰੀ ਦੀ ਸਾਂਝ ਪਾਉਣਗੇ। ਮਨੋਜ, ਕੀ ਕੁਝ ਖਾਸ ਸੀ ਇਸ ਮੀਟਿੰਗ 'ਚ, ਜਦੋਂ ਇੱਕ ਪਾਸੇ ਕੱਚਾ ਖਰੜਾ ਖੇਤੀਬਾੜੀ ਨੀਤੀ 'ਤੇ ਕਿਸਾਨ ਲੀਡਰਾਂ ਨੂੰ ਸਰਕਾਰ ਵੱਲੋਂ ਸੌਂਪਿਆ ਜਾ ਚੁੱਕਿਆ ਹੈ? ਬਿਲਕੁਲ ਕਿਸ਼ਨ, ਦੇਖੋ ਇਸ ਮੀਟਿੰਗ ਦੇ ਵਿੱਚ ਉਸ ਖਰੜ ਦੇ ਉੱਪਰ ਕੋਈ ਗੱਲਬਾਤ ਨਹੀਂ ਕੀਤੀ ਗਈ ਹੈਗੀ, ਅਤੇ ਅੱਜ ਜਿਹੜੀ ਮੀਟਿੰਗ ਸੀਗੀਆਂ ਆਪਣੀਆਂ ਮੰਗਾਂ ਲੈ ਕੇ ਆਏ ਸੀਗੇ, ਉਹਨਾਂ ਵਿੱਚ ਸਭ ਤੋਂ ਬੜੀ ਮੰਗ ਇਹ ਸੀਗੀ ਜਿਹੜੇ ਕਿਸਾਨ ਨੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਉਹਨਾਂ ਦੀ ਨੌਕਰੀਆਂ ਦੀ ਗੱਲ ਹੈਗਾ, ਅਤੇ ਸਰਕਾਰ ਵੱਲੋਂ ਦੱਸਿਆ ਗਿਆ ਹੈਗਾ ਕਿ ਅਸੀਂ 99 ਪਰਸੈਂਟ ਜਿਹੜੀਆਂ ਨੌਕਰੀਆਂ ਦਿੱਤੀਆਂ ਹੋਈਆਂ ਨੇ, ਅਤੇ ਇਸ ਦੇ ਨਾਲ ਜਿਹੜਾ ਸਮਾਰਟ ਮੀਟਰ ਦੀ ਗੱਲ ਹੋਈ ਸੀ, ਨਾਲ ਪਰਾਲੀ ਦੀ ਗੱਲ ਹੋਈ ਸੀਗੀ, ਦੱਸਿਆ ਕਿ ਅਸੀਂ ਤਾਂ 2% ਪਰਾਲੀ ਜਿਹੜੀ ਹੈਗੀ ਆ ਉਹ ਸਾਡੇ ਤੋਂ ਧੂੰਆਂ ਆਉਂਦਾ, ਪਰ 98% ਨੂੰ ਕੋਈ ਦੇਖਦਾ, ਜਿਹੜਾ 51% ਧੂੰਆਂ ਜਿਹੜਾ ਹੈਗਾ ਪੋਲੂਸ਼ਨ ਹੈ ਉਹ ਫੈਕਟਰੀਆਂ ਕਰਦੀਆਂ ਨੇ। ਇਹ ਮਸਲਾ ਰੱਖ ਕੇ ਜਿਹੜਾ ਸੀ, ਉਸ ਤੋਂ ਬਾਅਦ ਗੱਲ ਆਈ ਪਨੇਰ ਸਾਹਿਬ ਨੇ ਸਪਸ਼ਟ ਗੱਲ ਕੀਤੀ ਹੈ ਕਿ ਜੋ ਨਸ਼ੇ ਦੀ ਗੱਲ ਸੀ, ਅਸੀਂ ਸਰਕਾਰ ਨੂੰ ਕਿਹਾ ਕਿ ਤੁਸੀਂ ਨਸ਼ਾ ਵੇਚਣ ਦੇ ਵਿੱਚ ਵਿਕ ਰਹੇ ਹਾਂ, ਰੋਕਣ ਦੇ ਵਿੱਚ ਬਿਲਕੁਲ ਨਾਕਾਮ ਰਹੇ ਹੈਗੇ ਹੋ। ਗੰਨਾ ਮਿੱਲਾਂ ਦੀ ਗੱਲ ਆਈ, ਗੰਨਾ ਮਿੱਲ ਧੂਰੀ ਦੀ ਗੱਲ ਕਰੀਏ ਜਾਂ ਫਗਵਾੜੀ ਦੀ ਗੱਲ ਕਰੀਏ, ਉਹਦੇ ਪਰ ਵੀ ਜਿਹੜੀ ਚਰਚਾ ਹੋਈ ਅਤੇ ਗਿਆ 15 ਤਰੀਕ, 15 ਤਰੀਕ ਨੂੰ ਜਿਹੜੇ ਪੰਚਾਇਤੀ ਵੋਟਾਂ ਪੈਣੀਆਂ ਨੇ, ਉਸ ਤੋਂ ਬਾਅਦ ਕੋਈ ਜਿਹੜੇ ਹੈਗੇ ਸਾਰੀਆਂ ਗੱਲਾਂ ਪੂਰੀਆਂ ਕਰਨ ਦੀ ਗੱਲ ਕਹੇਗੀ। 15 ਤਰੀਕ ਤੱਕ ਸਾਰੀਆਂ ਗੱਲਾਂ ਪੂਰਾ ਕਰਾਂਗੇ। ਸਾਡੇ ਨਾਲ ਜਿਹੜੇ ਨੇ ਕਿਸਾਨ ਲੀਡਰ ਹੈਗੇ ਨੇ ਸਤਨਾਮ ਸਿੰਘ ਜੀ, ਸਾਨੀ ਜੀ, ਸਾਂਝ ਸਾਹਿਬ ਜਿਹੜੇ ਨੇ, ਕਿਸ ਤਰ੍ਹਾਂ ਦਾ ਅੱਜ ਤੁਹਾਡਾ ਜਿਹੜਾ ਉਹ ਮੀਟਿੰਗ ਰਹੀ ਹੈ ਅਤੇ ਗੰਨੇ ਨੂੰ ਲੈ ਕੇ ਖਾਸ ਰੱਖਿਆ ਹੋਇਆ? ਦੇਖੋ, ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰ ਸੀ, ਉਹਨਾਂ ਨੂੰ ਮੁਆਵਜ਼ੇ ਦੀ ਮੰਗ ਅਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਜਿਹੜੀਆਂ ਰਹਿੰਦੀਆਂ ਉਹਦੀ ਮੰਗ ਸੀ। ਜਿਹੜਾ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਬਿਲਕੁਲ ਬੰਦ ਹੈ, ਉਹ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਬਣੀ ਹੋਈ ਹੈ, ਉਹਦੀ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਇਹਦੇ 'ਚ ਐਂਟਰ ਕਰਕੇ ਝੋਨੇ ਦੀ ਖਰੀਦ ਜੇ ਕਰਨਾ ਸ਼ੁਰੂ ਹੋਈ ਤਾਂ ਕਿਸਾਨਾਂ ਦੇ ਵਿੱਚ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਸਰਕਾਰ ਨੂੰ ਪੈ ਸਕਦਾ। ਔਰ ਬਾਸਮਤੀ ਦੀ ਜਿਹੜੀ ਫਸਲ ਹੈ, ਸਰਕਾਰ ਕਹਿੰਦੀ ਸੀ ਕਿ ਅਸੀਂ ਬਾਸਮਤੀ ਦੇ ਵਿੱਚ MSP ਦੇਵਾਂਗੇ, ਬਾਸਮਤੀ ਦੀ ਜਿਹੜੀ ਫਸਲ ਹੈ ਉਹ ਅੱਧੇ ਰੇਟਾਂ 'ਤੇ ਵਿਕ ਰਹੀ ਹੈ, ਅਤੇ ਜਿਹੜਾ ਸਾਡੇ ਦੁਆਬੇ ਦਾ ਵੱਡਾ ਮਸਲਾ ਸੀ
ਫਗਵਾੜਾ ਮਿੱਲ ਦਾ 28 ਕਰੋੜ ਰੁਪਈਆ ਬਕਾਇਆ ਸੀਜ਼ਨ 21-22 ਦਾ। ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕਿਸਾਨਾਂ ਨੂੰ ਝੋਨੇ ਹੇਠੋਂ ਕੱਢਣਾ। ਫਗਵਾੜਾ ਜਾਂ ਦੁਆਬੇ ਦੇ ਇਲਾਕੇ 'ਚ ਵੱਡੀ ਗੰਨੇ ਦੀ ਫਸਲ ਹੈ, ਲੇਕਿਨ 4 ਸਾਲ ਤੋਂ ਜਿਹੜੀ ਗੰਨੇ ਦੀ ਅਦਾਇਗੀ ਨਹੀਂ ਹੋ ਰਹੀ, ਪ੍ਰੋਪਰਟੀਆਂ ਅਟੈਚ ਕੀਤੀਆਂ ਨੂੰ 4 ਸਾਲ ਬੀਤ ਗਏ। ਸਰਕਾਰ ਗੰਨਾ ਕਿਸਾਨਾਂ ਨੂੰ ਮਤਲਬ ਮਜਬੂਰ ਕਰ ਰਹੀ ਹੈ ਕੋਈ ਗੰਨੇ ਦੀ ਫਸਲ ਛੱਡ ਕੇ ਜਿਹੜੇ ਉਹ ਝੋਨੇ ਦੀ ਫਸਲ ਵੱਲ ਆਉਣ। ਅਸੀਂ ਸਰਕਾਰ ਨੂੰ ਅੱਜ ਪੁਰਜ਼ੋਰ ਮੰਗ ਕੀਤੀ ਹੈ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਬਣਦਾ ਰੋਲ ਅਦਾ ਕਰੇ। ਜੇਕਰ ਗੰਨੇ ਦੀ ਕਿਸਾਨਾਂ ਦੀ ਅਦਾਇਗੀ ਨਹੀਂ ਹੋਏਗੀ ਤਾਂ ਸਰਕਾਰ ਤੁਰੰਤ ਐਕਸ਼ਨ ਲੈ ਕੇ ਮਿਲ ਮਾਲਕਾਂ 'ਤੇ ਕੋਈ ਕਾਰਵਾਈ ਕਰੇ। ਅਤੇ ਦੂਜੀ ਗੱਲ ਹੈ ਕਿ ਨਵੇਂ ਸੀਜ਼ਨ ਦੇ ਵਿੱਚ ਜਿਹੜਾ ਗੰਨੇ ਦੀ ਫਸਲ ਦਾ ਰੇਟ ਆ ਉਹਦੇ 'ਚ ਵਾਧੇ ਦੀ ਮੰਗ ਅਸੀਂ ਸਰਕਾਰ ਤੋਂ ਕੀਤੀ ਹੈ ਕਿ ਉਤਪਾਦਨ ਲਾਗਤਾਂ ਦੇ ਮੁਤਾਬਕ ਯੂਨੀਵਰਸਿਟੀ ਦੀ ਰਿਪੋਰਟ ਦੇ ਮੁਤਾਬਕ ਸਰਕਾਰ ਤੁਰੰਤ ਗੰਨੇ ਦੇ ਰੇਟ ਵਿੱਚ ਵਾਧਾ ਕਰੇ। ਬੰਦ ਪਈ ਧੂਰੀ ਮਿੱਲ ਨੂੰ ਚਲਾਉਣ ਦਾ ਸਰਕਾਰ ਉਹਦੇ 'ਚ ਯਤਨ ਕਰੇ। ਜੇਕਰ ਪ੍ਰਾਈਵੇਟ ਮਿੱਲਰ ਨਹੀਂ ਚਲਾਉਣ ਨੂੰ ਤਿਆਰ ਤਾਂ ਸ਼ੂਗਰ ਫਿੱਟ ਰਾਹੀਂ ਸਰਕਾਰ ਪੰਜਾਬ ਸਰਕਾਰ ਉਹਨੂੰ ਚਲਾਵੇ। ਅਤੇ ਲਗਾਤਾਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਮੇਂ ਸਿਰ ਮਿੱਲਾਂ ਚਲਾਈਆਂ ਜਾਣ ਅਤੇ ਉਹਦੇ ਵਿੱਚ ਕੋਈ ਦੇਰੀ ਨਾ ਹੋਵੇ ਤਾਂ ਕਿ ਕਿਸਾਨ ਗੰਨੇ ਦੀ ਫਸਲ ਤੋਂ ਬਾਅਦ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕੇ। ਮੰਡੀਆਂ ਵਿੱਚ ਕਣਕ ਦੀ ਗੱਲ ਕੀਤੀ ਗਈ ਹੈ, ਝੋਨੇ ਦੀ ਗੱਲ ਕੀਤੀ ਗਈ ਹੈ, ਉਹਨਾਂ ਕਿਹਾ ਕਣਕ 'ਤੇ ਅਸੀਂ ਜਿਹੜੇ ਚੌਲ ਨੇ ਪਏ ਨੇ ਚੁਕਵਾ ਰਹੇ ਹਾਂ। ਸ਼ੈਲਰ ਮਾਲਕਾਂ ਨਾਲ ਮੀਟਿੰਗ ਹੋ ਗਈ ਹੈ, ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕਰ ਨੇ ਸਪਸ਼ਟ ਗੱਲ ਕੀਤੀ ਹੈ ਕਿ ਮੰਡੀ ਦੇ ਵਿੱਚ ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਜਾਏਗੀ। ਦੇਖੋ, ਅਸੀਂ ਪਿਛਲੇ 5 ਮਹੀਨੇ ਤੋਂ ਮੰਗ ਕਰ ਰਹੇ ਹਾਂ, ਜੁਲਾਈ ਦੀ ਮੰਗ ਕਰ ਰਹੇ ਹਾਂ ਕਿ ਜਿਹੜਾ ਸ਼ੈਲਰਾਂ 'ਚ ਝੋਨਾ ਪਿਆ ਉਹਦੇ ਸਪੈਸ਼ਲ ਟ੍ਰੇਨਾਂ ਲਾ ਕੇ ਚੁਕਾਓ। ਹੁਣ ਤਾਂ ਬੂਹੇ ਆਈ ਜੰਨ ਤੋਂ ਵੀ ਗੱਲ ਲੰਘੇ, ਝੋਨਾ ਮੰਡੀਆਂ 'ਚ ਆ ਗਿਆ 1 ਅਕਤੂਬਰ ਤੋਂ, ਸ਼ੈਲਰ ਨੱਕੋ ਨੱਕ ਭਰੇ ਆ, ਕਿਸਾਨ ਜਲੀਲ ਹੋ ਰਿਹਾ। ਕਿਸਾਨਾਂ ਨੇ ਜਿਨ੍ਹਾਂ ਨੇ ਝੋਨੇ ਦੀ ਫਸਲ ਕੱਟਣੀ ਹੈ, ਖੇਤਾਂ 'ਚ ਫਸਲ ਜਿਹੜੀ ਉਹ ਖਰਾਬ ਹੋ ਰਹੀ ਹੈ, ਉਹ ਤੋਂ ਬਾਰਿਸ਼ ਦਾ ਮੌਸਮ ਹੈ, ਕਿਸਾਨਾਂ ਦਾ ਵੱਡਾ ਨੁਕਸਾਨ ਹੈ, ਕਿਸਾਨ ਚਿੰਤਾ 'ਚ ਆ। ਜੇਕਰ ਸਰਕਾਰ ਨੇ ਇਹਦੇ 'ਚ ਬਣਦਾ ਰੋਲ ਨਾ ਪਲੇ ਕੀਤਾ, ਆੜ੍ਹਤੀਆਂ ਨੇ ਖਰੀਦ ਨਾ ਸ਼ੁਰੂ ਕੀਤੀ, ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਊਗਾ। ਜਗ੍ਹਾ ਜਗ੍ਹਾ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਅਗਲੀ ਫਸਲ ਦੀ ਵੀ ਜਿਹੜੀ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਡਰ ਆ। ਜੇਕਰ ਮੌਸਮ ਖਰਾਬ ਹੁੰਦਾ, ਸਰਕਾਰ ਬਣਦਾ ਰੋਲ ਪਲੇ ਕਰੇ, ਬਾਸਮਤੀ ਕਾਰਪੋਰੇਸ਼ਨ ਬਣਾਵੇ, ਕੋਟਨ ਬੈਲਟ ਦੇ ਵਿੱਚ ਨਰਮੇ ਨੂੰ ਪ੍ਰਮੋਟ ਕਰਨ ਲਈ ਸਰਕਾਰ ਯਤਨ ਕਰੇ, ਔਰ ਜਿਹੜੀ ਦੁਆਬੇ ਅਤੇ ਮਾਝੇ ਦੀ ਗੰਨੇ ਦੀ ਬੈਲਟ ਆ, ਜੇਕਰ ਸਰਕਾਰ ਇਹਦੇ 'ਤੇ ਸਿਰਦ ਨਾ ਹੋਈ, ਧਰਤੀ ਹੇਠਲਾ ਪਾਣੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਦੀ ਆ। ਗੰਨਾ ਕਿਸਾਨਾਂ ਦੀਆਂ ਅਦਾਇਗੀਆਂ ਤੋਂ ਦਿਵਾਉਣ ਤੋਂ ਪੰਜਾਬ ਸਰਕਾਰ ਬਿਲਕੁਲ ਸਮਰੱਥ ਰਹੀ ਹੈ, ਅਤੇ ਸਰਕਾਰ ਦਾ ਪ੍ਰਸ਼ਾਸਨ ਬਹੁਤੀ ਜਗ੍ਹਾ 'ਤੇ ਸਿੱਧੇ ਰੂਪ ਦੇ ਵਿੱਚ ਮਿੱਲ ਮਾਲਕਾਂ ਦੇ ਦਬਾਅ ਹੇਠ ਕੰਮ ਕਰ ਰਿਹਾ। ਇੱਕ ਗੱਲ ਤਾਂ ਸਪਸ਼ਟ ਕੀਤੀ ਹੈ ਕਿ ਜਿਹੜੀਆਂ ਮੰਡੀਆਂ ਨੇ ਉਹ 'ਚ ਕੋਈ ਮੁਸ਼ਕਲ ਨਹੀਂ ਆਵੇਗੀ, ਆੜ੍ਹਤੀ ਵੀ ਹੋਗਾ, ਪਰਸਨ ਮੀਟਿੰਗ ਹੋ ਜਾਵੇ ਉਹਦੇ ਬਾਅਦ ਹੋ ਜਾਏਗਾ, ਪਰ 15 ਤਰੀਕ ਦੀ ਤੁਸੀਂ ਗੱਲ ਕਹਿ ਰਹੇ ਹਾਂ ਜਿਹੜੀ ਡੈਡਲਾਈਨ ਉਹ ਕਿਉਂ ਦਿੱਤੀ ਗਈ ਹੈ? ਨਹੀਂ, ਮੁਸ਼ਕਲ ਕਿਉਂ ਨਹੀਂ ਆ ਰਹੀ ਜੀ? ਮਾਝੇ ਵਿੱਚ ਤਾਂ ਝੋਨੇ ਦੀ ਕਟਾਈ ਪਿਛਲੇ 10 ਦਿਨ ਤੋਂ ਚੱਲਦੀ ਹੈ, ਕਿਸਾਨ ਝੋਨੇ ਦੀ ਫਸਲ ਕੱਟ ਨਹੀਂ ਰਿਹਾ। ਜੇਕਰ ਕੱਟਣਗੇ ਤਾਂ ਉਹਦਾ ਖਰਾਬ ਹੋਣ ਦਾ ਡਰ ਆ, ਵੱਡਾ ਨੁਕਸਾਨ ਕਿਸਾਨਾਂ ਦਾ ਹੋ ਗਿਆ। ਜੇਕਰ ਬੇਮੌਸਮੀ ਬਾਰਿਸ਼ ਹੋ ਗਈ ਤਾਂ ਅਰਬਾਂ ਰੁਪਏ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਹੋਏਗਾ, ਉਹਦੀ ਜ਼ਿੰਮੇਵਾਰ ਪੰਜਾਬ ਅਤੇ ਕੇਂਦਰ ਸਰਕਾਰ ਹੋਏਗੀ। ਕੇਂਦਰ ਨੇ ਚੌਲ ਚੱਕਣਾ ਹੁੰਦਾ, ਜਾਣ ਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਅਤੇ ਜਲੀਲ ਕੀਤਾ ਜਾ ਰਿਹਾ। DAP ਦੀ ਵੱਡੀ ਘਾਟ ਹੈ ਪੰਜਾਬ ਦੇ ਵਿੱਚ, DAP ਨਹੀਂ ਮਿਲ ਰਿਹਾ, ਜੇ DAP ਮਿਲ ਰਿਹਾ ਉਹ ਨਕਲੀ ਮਿਲ ਰਿਹਾ, ਅਤੇ DAP ਦੇ ਨਾਲ ਨੈਨੋ ਵਗੈਰਾ ਹੋਰ ਜਿਹੜਾ ਸਲਫਰ ਵਗੈਰਾ ਗੈਰ ਜ਼ਰੂਰੀ ਵਸਤਾਂ ਕਿਸਾਨਾਂ ਨੂੰ ਧੱਕੇ ਨਾਲ ਵੇਚੀਆਂ ਜਾ ਰਹੀਆਂ। ਅਤੇ ਪੰਜਾਬ ਦੇ ਵਿੱਚ DAP ਦੀ ਜਿਹੜੀ ਸਪਲਾਈ ਹੈ, ਆਲੂ ਵਾਲੇ ਕਿਸਾਨਾਂ ਨੇ ਆਲੂ ਦੀ ਬਿਜਾਈ ਲੇਟ ਹੋ ਰਹੀ ਹੈ, ਗੰਨਾ ਕਿਸਾਨ ਗੰਨੇ ਦੀ ਬਿਜਾਈ ਕਰਨ ਤੋਂ ਲੇਟ ਹੈ, ਪੰਜਾਬ 'ਚ ਕਿਧਰੇ DAP ਨਹੀਂ ਮਿਲਦਾ। ਸਰਕਾਰ ਜਾਣ ਬੁੱਝ ਕੇ, ਕੇਂਦਰ ਸਰਕਾਰ ਪੰਜਾਬ ਦੇ ਵਿੱਚ DAP ਦੀ ਸਪਲਾਈ ਰੋਕ ਕੇ, ਚੌਲਾਂ ਦੀ ਸਪਲਾਈ ਜਿਹੜੀ ਚੱਕਣੀ ਸੀ ਉਹ ਰੋਕ ਕੇ, ਟ੍ਰੇਨਾਂ ਲਾ ਕੇ ਪੰਜਾਬ ਦੇ ਕਿਸਾਨਾਂ ਲਈ ਵੱਡੀ ਸਮੱਸਿਆ ਖੜੀ ਕੀਤੀ ਜਾ ਰਹੀ ਹੈ। ਕਿਤੇ ਨਾ ਕਿਤੇ ਪੰਜਾਬ ਸਰਕਾਰ, ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਕਿਤੇ ਨਾ ਕਿਤੇ ਅੰਦੋਲਨ ਦਾ ਬਦਲਾ ਲੈਣ ਦਾ ਅਸੀਂ ਰੁੱਖ ਅਖਤਿਆਰ ਕਰ ਰਹੇ ਹਾਂ। 15 ਤਰੀਕ ਦੀ ਡੈਡਲਾਈਨ ਕਿਉਂ ਹੈਗੀ ਹੈ, ਕਿਉਂ 15 ਤਰੀਕ ਰੱਖੀ ਗਈ ਹੈ? ਦੇਖੋ, ਸਰਕਾਰ ਨੂੰ ਹੁਣ ਦੇਖਾਂਗੇ, ਸਰਕਾਰ ਨੇ ਅੱਜ ਵਾਅਦਾ ਕੀਤਾ ਪੰਜਾਬ ਸਰਕਾਰ ਨੇ ਕਿ ਅਸੀਂ 1-2 ਦਿਨਾਂ 2-3-4 ਦਿਨਾਂ ਦੇ ਵਿੱਚ ਜਿਹੜਾ ਝੋਨੇ ਦੀ ਖਰੀਦ ਦਾ ਮਸਲਾ ਉਹਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਾਂ। ਇਹ ਸਰਕਾਰ ਦਾ ਫਰਜ਼ ਸੀ, ਜੇਕਰ ਚੌਲ ਦੀਆਂ ਸਪੈਸ਼ਲ ਟ੍ਰੇਨਾਂ ਲੱਗਣੀਆਂ, ਸ਼ੈਲਰਾਂ 'ਚੋਂ ਚੌਲ ਚੱਕ ਹੋਣਾ, ਇਹ ਸਰਕਾਰ ਨੂੰ ਐਫਰਟ ਜਿਹੜੇ ਜੁਲਾਈ ਅਗਸਤ ਵਿੱਚ ਕਰਨੇ ਚਾਹੀਦੇ ਸੀ। ਹੁਣ ਤਾਂ ਬੜੀ ਦੇਰ ਆ, ਲੇਕਿਨ ਹਜੇ ਵੀ ਅਸੀਂ ਸਾਡੀ ਸਰਕਾਰ ਤੋਂ ਮੰਗ ਹੈ ਕਿ ਝੋਨੇ ਦੀ ਫਸਲ ਨੂੰ ਮੰਡੀਆਂ 'ਚ ਰੋਲਣ ਤੋਂ ਬਚਾਇਆ ਜਾਵੇ। ਜੇਕਰ ਸਰਕਾਰੀ ਖਰੀਦ ਸ਼ੁਰੂ ਨਾ ਹੋਈ ਤਾਂ ਮੰਡੀਆਂ 'ਚ ਕਿਸਾਨਾਂ ਦੀ ਵੱਡੀ ਲੁੱਟ ਹੋਣੀ ਹੈ, ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ। ਮੀਟਿੰਗ ਕਿੱਦਾਂ ਸਿੱਟਾ ਰਹੀ,
ਸਿੱਟਾ ਰਹੇ ਮਿੱਟਾ ਬੇਸਿੱਟਾ ਰਹੇ ਦਾਅਵੇ ਕੀਤੇ ਆ ਮੰਗ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਜੇ ਤਾਂ ਉਹ ਦਾਅਵਿਆਂ 'ਤੇ ਖਰੇ ਉਤਰੇ ਤਾਂ ਉਹਨੂੰ ਸਫਲ ਗਿਣੀ ਜਾਊਗੀ ਜੇਕਰ ਉਹ ਸਰਕਾਰ ਦੇ ਦਾਅਵੇ ਜਿਹੜੇ ਉਹਨਾਂ 'ਤੇ ਕੋਈ ਅਮਲ ਨਾ ਹੋਇਆ ਫਿਰ ਸਫਲ ਕਵਾਂਗੇ ਤਾਂ ਸਮੇਂ ਨੇ ਦੱਸਣਾ 2-4-5 ਦਿਨਾਂ ਤੱਕ ਇਹਦਾ ਰਿਜ਼ਲਟ ਜੇਕਰ ਨਾ ਆਏ ਫਿਰ ਉਹਨੂੰ ਸਫਲ ਕਵਾਂਗੇ ਜੇ ਸਰਕਾਰ ਸਹਿਰਤਾ ਨਾਲ ਮਸਲਾ ਹੱਲ ਕਰੇ ਤਾਂ ਆਪਾਂ ਉਹਨੂੰ ਸਫਲ ਕਹਿ ਸਕਦੇ ਹਾਂ ਇਹ ਤਾਂ ਸਰਕਾਰ ਦੇ ਅਮਲ 'ਤੇ ਡਿਪੈਂਡ ਕਰਦਾ ਕਿ ਸਰਕਾਰ ਕਿਵੇਂ ਉਹਨੂੰ ਇੰਪਲੀਮੈਂਟ ਕਰਦੀ ਹੈ ਬਿਲਕੁਲ ਕਿਸ਼ਨੇ ਸੀਗੀ ਭਾਰਤੀ ਕਿਸਾਨ ਨੂੰ ਦੁਆਬਾ ਦੇ ਜਨਰਲ ਸੈਕਟਰੀ ਸੀਗੇ ਸਰਨਾਮ ਸਿੰਘ ਸਾਹਨੀ ਇਹਨਾਂ ਸਪੈਸ਼ਲ ਕੀਤੀ ਕਿਉਂਕਿ ਜਿਹੜੀ ਮਨੋਜ ਇਹ ਪੁੱਛਣ ਦੀ ਕੋਸ਼ਿਸ਼ ਕਰੋ ਕਿ ਮੰਗਾਂ ਸਾਰੀਆਂ ਖੇਤੀਬਾੜੀ ਖਰੜੇ ਤੋਂ ਅਲੱਗ ਜਾਪਦੀਆਂ ਨੇ ਜਾਂ ਬਿਲਕੁਲ ਉਹਨਾਂ ਦੇ ਨਾਲ ਮਿਲਦੀਆਂ ਜੁਲਦੀਆਂ ਨੇ ਇੱਕ ਪਾਸੇ ਸਰਕਾਰ ਖੇਤੀਬਾੜੀ ਖਰੜੇ 'ਤੇ ਆਤਮ ਚਿੰਤਨ ਕਰ ਰਹੀ ਹੈ ਕਿਸਾਨ ਬੜੇ ਤਤਪਰ ਹੋ ਰਹੇ ਨੇ ਕਿ ਇਹਨਾਂ ਮੰਗਾਂ ਨੂੰ ਹੱਲ ਕਰੋ ਉਹ ਪੂਰੇ ਮਾਮਲੇ 'ਤੇ ਕੋਈ ਸਟੇਟਸ ਹੈ ਕਿਉਂਕਿ ਓਵਰਆਲ ਜਿਹੜੀ 200-250 ਪੰਨਿਆਂ ਦੀ ਰਿਪੋਰਟ ਸੀ ਉਹ 'ਚ ਬਹੁਤ ਕੁਝ ਬਿਆਨ ਸੀ ਡਾਇਵਰਸੀਫਿਕੇਸ਼ਨ ਦੀ ਗੱਲ ਹੋਈ ਪੰਜਾਬ ਦੇ ਪਾਣੀਆਂ ਦੀ ਗੱਲ ਹੋਈ ਝੋਨੇ ਅਤੇ ਕਣਕ ਨੂੰ ਕਿਸ ਤਰੀਕੇ ਦੇ ਨਾਲ ਉਹਦੇ ਸਬਸਟੀਚਿਊਟ ਕੱਢੇ ਜਾਣ ਕਿਸ਼ਨ ਦੇਖੋ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਅੰਦਰ ਗਏ ਸੀਗੇ ਉਸ ਟਾਈਮ ਇਹ ਗੱਲ ਕਲੀਅਰ ਬਾਹਰ ਕਰ ਗਏ ਕਿ ਅੱਜ ਦੇ ਏਜੰਡੇ ਦੇ ਵਿੱਚ ਜਿਹੜੀ ਨਵੀਂ ਖੇਤੀ ਨੀਤੀ ਹੈਗੀ ਹੈ ਉਹਦਾ ਕੋਈ ਮਸਲਾ ਨਹੀਂ ਹੈ ਨਾ ਅਸੀਂ ਉਸਦੇ ਉੱਪਰ ਚਰਚਾ ਕਰਨੀ ਹੈਗੀ ਹੈ ਪਰ ਦੂਜੀ ਗੱਲ ਜਿਹੜੀ ਨੇ ਕਿ ਗੰਨੇ ਨੂੰ ਗੱਲ ਲੈ ਕੇ ਗੱਲ ਕਰੀਏ ਕਪਾਹ ਨੂੰ ਲੈ ਕੇ ਗੱਲ ਕੀਤੀ ਹੈ ਅਤੇ ਉਹਦੇ ਨਾਲ ਨਾਲ ਬਾਸਮਤ ਨੇ ਗੱਲ ਕੀਤੀ ਹੈ ਕਿ ਇਹ ਤਿੰਨ ਫਸਲਾਂ ਜਿਹੜੀਆਂ ਡਾਇਵਰਸੀਫਿਕੇਸ਼ਨ ਵਾਲੀਆਂ ਫਸਲਾਂ ਹੈਗੀਆਂ ਪਰ ਇਹਨਾਂ ਪਰ ਜਿਹੜਾ ਹੈਗਾ ਉਹ ਕੁਛ ਤਰ੍ਹਾਂ ਦਾ ਸਾਨੂੰ ਜਿਹੜਾ ਹੈਗਾ ਉਹ ਕੋਈ ਮਦਦ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਹੈ ਕਹੀਏ ਕਿ ਅਸੀਂ ਜਿਹੜੇ ਸਾਡੇ ਕਿਸਾਨ ਨੇ ਇਹਨਾਂ ਫਸਲਾਂ ਨੂੰ ਛੱਡਦੇ ਜਾ ਰਹੇ ਨੇ ਮੁੜਕੇ ਕਿਸਾਨ ਝੋਨੇ 'ਤੇ ਆਏਗਾ ਮੁੜਕੇ ਕਿਸਾਨ ਕਣਕ 'ਤੇ ਆਏਗਾ ਇਹ ਗੱਲ ਇਹਨਾਂ ਨੇ ਜਾਂਦੇ ਹੋਏ ਦੱਸੀ ਸੀਗੀ ਅਤੇ ਹੁਣ ਵੀ ਜਿਹੜੀ ਗੱਲ ਹੈਗੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਜੋ ਅੰਦਰ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਜੋ ਸਾਡੇ ਨਾਲ ਵਾਅਦੇ ਕੀਤੇ ਗਏ ਨੇ ਅਸੀਂ ਉਹਨਾਂ ਨੂੰ ਦੇਖਦੇ ਕਿ 15 ਤੱਕ ਦਾ ਟਾਈਮ ਦਿੱਤਾ ਉੱਪਰ ਸਰਕਾਰ ਅਗਰ ਜਿਹੜੀ ਹੈਗੀ ਆ ਉਹ ਅਮਲ ਕਰਦੀ ਹੈ ਉਹਨਾਂ ਨੂੰ ਪੂਰਾ ਕਰਦੀ ਹੈ ਤਾਂ ਇਹ ਮੀਟਿੰਗ ਸਫਲ ਮਿਲਣੀ ਜਾਊਗੀ ਨਹੀਂ ਤਾਂ ਅਸੀਂ ਇਸ ਮੀਟਿੰਗ ਨੂੰ ਬੇਸਿੱਟਾਂ ਕਰਾ ਦਾਂਗੇ ਪਰ ਦੂਜੇ ਪਾਸੇ ਜਿਹੜੇ ਲਾਲਚੰਦ ਕਟਾਰੂ ਚੱਕ ਨੇ ਕੈਬਨਿਟ ਮੰਤਰੀ ਨੇ ਖਾਦ ਦੇ ਪੂਰਤੀ ਮੰਤਰੀ ਨੇ ਸਪਸ਼ਟ ਗੱਲ ਕੀਤੀ ਹੈ ਕਿ ਅੱਜ ਜਿਹੜੇ ਸ਼ੈਲਰ ਮਾਲਕ ਆਏ ਨੇ ਉਹਨਾਂ ਸਪਸ਼ਟ ਗੱਲ ਕਰਤੇ ਕਿ ਮੰਗਲਵਾਰ 'ਤੇ ਜਿਹੜਾ ਹੈਗਾ ਕੰਮ ਸ਼ੁਰੂ ਕਰ ਦੇਣਗੇ ਉਹ ਅਤੇ ਉਸ ਦੇ ਨਾਲ ਨਾਲ ਕੱਲ੍ਹ ਨੂੰ ਸੋਮਵਾਰ ਨੂੰ ਜਿਹੜੀ ਆੜਤੀ ਐਸੋਸੀਏਸ਼ਨ ਮੀਟਿੰਗ ਹੈ ਉਹਨਾਂ ਨਾਲ ਵੀ ਜਿਹੜਾ ਮਸਲਾ ਹੱਲ ਕਿਉਂਕਿ ਆੜਤੀ ਨੇ ਸਪਸ਼ਟ ਗੱਲ ਕੀਤੀ ਕਿ ਪਹਿਲਾਂ ਸ਼ੈਲਰ ਮਾਲਕਾਂ ਨਾਲ ਗੱਲ ਕਰੋ ਕਿਉਂਕਿ ਸਾਡਾ ਝੋਨਾ ਜਿਹੜਾ ਅਸਲ ਕੋਲ ਆਏਗਾ ਉਹ ਝੋਨਾ ਬੋਰੀਆਂ 'ਚ ਭਰਨ ਤੋਂ ਬਾਅਦ ਜਿਹੜਾ ਹੈਗਾ ਸ਼ੈਲਰ ਨਾਲ ਜਾਣਾ ਸਿੱਧਾ ਗੋਦਾਮ 'ਚ ਨਹੀਂ ਜਾਣਾ ਉੱਥੋਂ ਚੌਲ ਵਰ ਕੇ ਅੱਗੇ ਜਾਣਾਗੇ ਇਸ ਕਰਕੇ ਸ਼ੈਲਰ ਮਾਲਕਾਂ ਵਾਲਾ ਰਸਤਾ ਜਿਹੜਾ ਕਲੀਅਰ ਕਰ ਲਿਆ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਮੀਟਿੰਗ 'ਚ ਬੈਠੇ ਸੀਗੇ ਔਰ ਬਹੁਤ ਹੀ ਚੰਗੇ ਮਾਹੌਲ 'ਚ ਮੀਟਿੰਗ ਹੋਈ ਹੈ ਹੁਣ ਸੋਮਵਾਰ ਨੂੰ ਜਿਹੜੀ ਹੈਗੀ ਮੀਟਿੰਗ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਆੜਤੀ ਐਸੋਸੀਏਸ਼ਨ ਜਿਹੜੀ ਫੈਡਰੇਸ਼ਨ ਹੈਗੀ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਉਹਨਾਂ ਦੇ ਨੁਮਾਇੰਦਿਆਂ ਨਾਲ ਕਰਨਗੇ ਅਤੇ ਉੱਥੇ ਕੋਈ ਵੱਡਾ ਹੱਲ ਨਿਕਲਣ ਦੇ ਪੂਰੇ ਜਿਹੜੇ ਕਹੀਏ ਆਸਾਰ ਹੈਗੇ ਨੇ ਜੀ ਬਿਲਕੁਲ ਪਰ ਇੱਕ ਪਾਸੇ ਬਹੁਤ ਵੱਡੇ ਮਸਲੇ 'ਤੇ ਸਰਕਾਰ 1 ਲੱਖ ਐਕਸਪਰਟਸ ਤੋਂ ਓਪੀਨੀਅਨ ਲੈ ਕੇ ਰਿਪੋਰਟ ਬਣਾ ਰਹੀ ਸੀ ਮਨੋਜ ਤੁਹਾਨੂੰ ਨਹੀਂ ਲੱਗਦਾ ਕਿ ਸਾਰੀਆਂ ਚੀਜ਼ਾਂ ਇਹ ਸੈਂਟਰਲਾਈਜ਼ਡ ਹੋਣੀਆਂ ਚਾਹੀਦੀਆਂ ਨੇ ਪੂਰੇ ਮਾਮਲੇ ਨੂੰ ਡੀਸੈਂਟਰਲਾਈਜ਼ ਕੀਤਾ ਗਿਆ ਇਹ ਮੀਟਿੰਗ ਦੀ ਡਿਮਾਂਡ ਕਿਸਾਨਾਂ ਦੀ ਸੀ ਜਾਂ ਸਰਕਾਰ ਦੀ ਸੀ ਦੇਖੋ ਇਹ ਜਿਹੜੀ ਮੀਟਿੰਗ ਹੈਗੀ ਹੈ ਕਿਸਾਨਾਂ ਨਾਲ ਮੀਟਿੰਗ ਜਿਹੜੀ ਸੀ ਕਿਸਾਨਾਂ ਦੀ ਡਿਮਾਂਡ ਸੀ ਕਿਉਂਕਿ ਕਿਸਾਨ ਵਾਰ ਵਾਰ ਕਹਿ ਰਹੇ ਸੀਗੇ ਕਿ ਅਗਰ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਠੀਕ ਤਰ੍ਹਾਂ ਨਾ ਹੋਈ ਅਗਰ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਆਈ ਤਾਂ ਅਸੀਂ ਅੰਦੋਲਨ ਕਰੂੰ ਅੱਜ ਵੀ ਜਿਹੜੇ ਸਰਵੰਤ ਸਿੰਘ ਬੰਦੇਰਾ ਉਹਨੇ ਸਪਸ਼ਟ ਗੱਲ ਕੀਤੀ ਹੈ ਕਿ ਅਗਰ ਕਿਤੇ ਵੀ ਕਿਸਾਨਾਂ ਨੂੰ ਪ੍ਰੋਬਲਮ ਆਏਗੀ ਮੁਸ਼ਕਲ ਆਏਗੀ ਤਾਂ ਅਸੀਂ ਉੱਥੇ ਅੰਦੋਲਨ ਕਰਾਂਗੇ ਚਾਹੇ ਉਹ ਪੰਜਾਬ ਦੀ ਕੋਈ ਵੀ ਜਿਹੜੀ ਥਾਂ ਹੋਵੇ ਉੱਥੇ ਵੀ ਅਸੀਂ ਜਿਹੜਾ ਅੰਦੋਲਨ ਲੜਾਂਗੇ ਉਹ ਕਰਾਂਗੇ ਜਿਹੜੀਆਂ ਸਰਕਾਰ ਨੇ ਚਾਹੇ ਮੰਗਾਂ ਦੀ ਗੱਲ ਕੀਤੀ ਹੈ ਪਰ ਸਰਕਾਰ ਜਿਹੜੀ ਹੈਗੀ ਇਸ ਗੱਲ ਦੇ ਉੱਪਰ ਆਈ ਹੈ ਕਿ ਜੋ ਤੁਹਾਡੇ ਨਾਲ ਵਾਅਦੇ ਕੀਤੇ ਨੇ ਜੋ ਤੁਹਾਨੂੰ ਅਸੀਂ ਤੁਸੀਂ ਮੰਗਾਂ ਲੈ ਕੇ ਆਏ ਹਾਂ ਅਸੀਂ ਉਹ ਮੰਗਾਂ ਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਿਸਾਨ ਪਰਿਵਾਰ ਆ ਚਾਹੇ ਉਹ ਸ਼ਹੀਦ ਪਰਿਵਾਰ ਹੈਗਾ ਉਹਨੂੰ ਕੋਈ ਮੁਸ਼ਕਲ ਨਾ ਆਵੇ ਪਰਾਲੀ ਨੂੰ ਲੈ ਕੇ ਗੱਲ ਕਰੀਏ ਪਰਾਲੀ ਦੀ ਗੱਲ ਕੀਤੀ ਕਿ ਪਰਾਲੀ ਦਾ ਜਿਹੜਾ ਮਸਲਾ ਬਹੁਤ ਛੋਟਾ ਹੈ ਬਹੁਤ ਹਰ ਸਾਲ ਜਿਹੜਾ ਹੈਗਾ ਘਟਦਾ ਜਾ ਰਿਹਾ ਹੈਗਾ ਰਕਬਾ ਅਤੇ ਇਹ ਗੱਲਾਂ ਸਾਰੀਆਂ ਹੋਈਆਂ ਨੇ ਆਪਾਂ ਸਰਵੰਤ ਸਿੰਘ ਬੰਦੇਰ ਉਹਨਾਂ ਨਾਲ ਗੱਲ ਕਰਨ ਦੀ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕਰਾਂਗੇ ਉਹ ਕੀ ਕਹਿੰਦੇ ਹੈਗੇ ਨੇ ਪਰ ਇਹ ਗੱਲ ਸਾਫ ਸੀ ਕਿ ਅੱਜ ਮੀਟਿੰਗ ਜਿਹੜੀ ਸੀ ਕਿ ਤਕਰੀਬਨ ਇਹ 2 ਵਜੇ ਅੰਦਰ ਗਏ ਨੇ ਅਤੇ ਹੁਣ ਜਾ ਕੇ ਸ਼ਾਮ ਨੂੰ ਜਿਹੜਾ ਬਾਹਰ ਆਏ ਨੇ ਲੰਬੀ ਮੀਟਿੰਗ ਚੱਲੀ ਆ ਅਫਸਰ ਵੱਡੇ ਸੀਗੇ ਸਾਰੇ ਅਫਸਰ ਸੀਗੇ ਬੰਦੇਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬੰਦੇਰ ਸਾਹਿਬ ਕੀ ਕਹਿੰਦੇ ਹੈਗੇ ਨੇ
ਅਤੇ ਅਸੀਂ ਕਿਸੇ ਕੋਸ਼ਿਸ਼ ਕਰਾਂਗੇ ਭੁਪਿੰਦਰ ਸਿੰਘ ਨੂੰ ਗੱਲ ਕਰਨ ਦੀ ਕਿ ਉਹ ਕੀ ਕਹਿ ਰਹੇ ਨੇ ਇਸ ਮਸਲੇ ਦੇ ਉੱਪਰ, ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਅੱਜ ਜਿਹੜੀ ਮੀਟਿੰਗ ਹੈਗੀ ਉਹਨੂੰ ਲੈ ਕੇ 15 ਤਰੀਕ ਦਾ ਜਿਹੜਾ ਸਮਾਂ ਦਿੱਤਾ ਗਿਆ ਹੈਗਾ 15 ਤੱਕ, ਵੀ ਕਿਸ ਤਰ੍ਹਾਂ ਦੇ ਮਸਲੇ ਹੱਲ ਹੁੰਦੇ ਆ, ਕਿਹੜੀ ਕਿਹੜੀ ਗੱਲ ਹੱਲ ਹੁੰਦੀ ਉਹ ਇਹ ਆਉਣ ਵਾਲੇ ਟਾਈਮ 'ਚ ਚੱਲੂਗਾ। ਪਰ ਜਿਹੜੀ ਕਿਸਾਨ ਲੀਡਰ ਨੇ ਉਹ ਸਪੱਸ਼ਟ ਗੱਲ ਕਹਿ ਰਹੇ ਨੇ ਕਿ ਸਰਕਾਰ ਮੰਗਾਂ ਮੰਨੇਗੀ, ਤਾਂ ਉਸ ਤੋਂ ਬਾਅਦ ਸਾਨੂੰ ਸਮਝ ਆਏਗਾ ਕਿ ਇਹ ਮੀਟਿੰਗ ਇਹ ਸਫਲ ਹੋਈ ਹੈ ਜੀ। ਬਿਲਕੁਲ, ਬਹੁਤ ਸ਼ੁਕਰੀਆ ਮਨੋਜ ਜ਼ਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ। ਤਾਂ ਤੁਸੀਂ ਗੱਲਬਾਤ ਜਾਰੀ ਰੱਖੋ, ਉਮੀਦ ਕਰਦੇ ਹਾਂ ਕਿ ਇਸ ਪੂਰੇ ਮਾਮਲੇ 'ਤੇ ਹੋਰ ਵੱਡੀਆਂ ਚੀਜ਼ਾਂ ਅੰਦਰੋਂ ਡਿਵੈਲਪਮੈਂਟ ਦੇ ਰੂਪ 'ਚ ਸਾਹਮਣੇ ਆਉਣਗੀਆਂ।